ਸਰਦਾਰ ਅਲੀ ਲਾਈਵ ਰਿਲੀਜ਼ ਹੋ ਰਿਹਾ ਮਈ ਦੇ ਪਹਿਲੇ ਹਫ਼ਤੇ, ਅਤੇ ਉਹਦੇ ਵਿੱਚ ਤੁਸੀਂ 8 ਨਵੇਂ ਟਰੈਕ ਸੁਣੋਗੇ, ਜੰਨਤ ਕੇ ਮਹਿਲ ਸੁਣੋਗੇ, ਬਾਬਾ ਫਰੀਦ ਦੁੱਧ ਵਾਲੀ ਕਹਾਣੀ, ਜੋ ਜੋ ਤੁਸੀਂ ਪਿਆਰ ਕਰਦੇ ਸਭ ਸੁਣੋਗੇ। ਸਰਦਾਰ ਅਲੀ ਲਾਈਵ ਰਿਲੀਜ਼ ਹੋ ਰਿਹਾ ਮਈ ਦੇ ਪਹਿਲੇ ਹਫ਼ਤੇ, ਅਤੇ ਉਹਦੇ ਵਿੱਚ ਮੈਂ ਇੱਕ ਮਾਂ ਦਾ ਨਵਾਂ ਟਰੈਕ ਆਇਆ। ਇੱਕ ਵਾਰੀ ਆਪਣੀ ਆਪਣੀ ਮਾਂ ਦੇ ਨਾਂ 'ਤੇ ਜ਼ਰਾ ਜ਼ੋਰਦਾਰ ਤਾੜੀ ਵਜਾ ਦਿਓ, ਖੁੱਲ੍ਹ ਕੇ ਜੀ, ਜਿਹੜੇ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਖੁੱਲ੍ਹ ਕੇ ਤਾੜੀ ਵਜਾ ਦਿਓ ਜ਼ਰਾ ਇੱਕ ਵਾਰੀ, ਕਿਉਂਕਿ ਲੋਕ ਇਬਾਦਤਾਂ ਕਰਦੇ ਆ ਜੰਨਤ ਵਾਸਤੇ, ਨਮਾਜ਼ਾਂ ਪੜ੍ਹਦੇ ਆ ਜੰਨਤ ਵਾਸਤੇ, ਪਾਠ ਕਰਵਾਉਂਦੇ ਆ ਸਵਰਗ ਵਾਸਤੇ, ਪੂਜਾ ਕਰਦੇ ਆ ਸਵਰਗ ਵਾਸਤੇ। ਤੇ ਮੈਂ ਕਹਿੰਦਾ ਜੇ ਜੰਨਤ ਚਾਹੀਦੀ ਹੈ ਜਾਂ ਸਵਰਗ ਚਾਹੀਦਾ ਤੇ ਫਿਰ ਇਬਾਦਤਾਂ ਕਰਨ ਦੀ ਕੋਈ ਲੋੜ ਨਹੀਂ। ਜਿਨ੍ਹਾਂ ਦੀਆਂ ਮਾਵਾਂ ਸਲਾਮਤ ਨੇ, ਸਵੇਰੇ ਉੱਠ ਕੇ ਆਪਣੀ ਮਾਂ ਦੇ ਪੈਰ ਚੁੰਮ ਲਿਆ ਕਰੋ, ਜੰਨਤ ਆਪ ਚੱਲ ਕੇ ਘਰ ਆਊ। ਮਾਂ ਦੀ ਸ਼ਾਨ ਦੇ ਵਿੱਚ ਕਲਾਮ ਪੇਸ਼ ਕਰਦਾ ਜ਼ਰੂਰ। ਮਾਂ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਸੁੱਤੀ ਪਈ ਹੈ, ਅੱਧੀ ਰਾਤ ਹੁੰਦੀ ਹੈ ਤੇ ਕਮਰੇ ਦੇ ਵਿੱਚ ਇੱਕ ਖੜਕਾ ਹੁੰਦਾ ਹੈ, ਇੱਕ ਆਹਟ ਹੁੰਦੀ ਹੈ ਕਿਸੇ ਦੇ ਆਉਣ ਦੀ, ਉਹ ਬੱਚੇ ਦੀ ਅੱਖ ਖੁੱਲ ਜਾਂਦੀ ਹੈ। ਇੱਕ ਅਜੀਬ ਜਿਹਾ ਬੰਦਾ ਖੜਾ ਕਮਰੇ 'ਚ, ਉਹ ਬੱਚਾ ਉਹਨੂੰ ਪੁੱਛਦਾ ਭਾਈ ਤੂੰ ਕੌਣ ਹੈ, ਅੱਗੋਂ ਜਵਾਬ ਆਉਂਦਾ ਮੈਂ ਹਾਂ ਮੌਤ ਦਾ ਫਰਿਸ਼ਤਾ ਇਜ਼ਰਾਈਲ। ਬੱਚਾ ਪੁੱਛਦਾ ਤੂੰ ਕੀ ਕਰਨਾ ਹੈ, ਉਹਨੂੰ ਨਹੀਂ ਪਤਾ ਮੌਤ ਦਾ ਫਰਿਸ਼ਤਾ ਕੀ ਹੁੰਦਾ। ਅੱਗੋਂ ਜਵਾਬ ਆਉਂਦਾ ਮੈਂ ਤੇਰੀ ਮਾਂ ਨੂੰ ਲੈਣ ਵਾਸਤੇ ਆ, ਤੇਰੀ ਮਾਂ ਦੇ ਮਰਨ ਦਾ ਵਕਤ ਹੋ ਗਿਆ, ਮੈਂ ਤੇਰੀ ਮਾਂ ਨੂੰ ਲੈਣ ਲਈ ਆਇਆ, ਉਹਦੀ ਰੂਹ ਕਬਜ਼ ਕਰਨ ਵਾਸਤੇ ਆਇਆ। ਰੂਬੀ ਮਾਈ ਜੀ 5-7 ਮਿੰਟ ਲਈ ਤਵੱਜੋ ਮੇਰੇ ਮਿਹਰਬਾਨ। ਆਪਣੇ ਮਾਂ ਆਪਣੀ ਮਾਂ ਦੇ ਜਾਣ ਦਾ ਦੁੱਖ ਸਹਿਣ ਨਹੀਂ ਕਰਦਾ ਬੱਚਾ, ਭੁੱਫਾ ਮਾਰ ਕੇ ਰੋਂਦਾ ਮੇਰੀ ਮਾਂ ਨੇ ਮਰ ਜਾਣਾ, ਹਾਏ ਰੱਬਾ ਮੇਰੀ ਮਾਂ ਨੇ ਮੇਰੇ ਤੋਂ ਦੂਰ ਹੋ ਜਾਣਾ। ਉਸ ਫਰਿਸ਼ਤੇ ਨਾਲ ਇੱਕ ਸੌਦਾ ਕਰਨ ਦੀ ਕੋਸ਼ਿਸ਼ ਕਰਦਾ, ਕਹਿੰਦਾ ਇੰਜ ਕਰ ਮੇਰੇ ਨਾਲ ਇੱਕ ਸੌਦਾ ਕਰ ਲੈ, ਮੇਰੇ ਨਾਲ ਇੱਕ ਸੌਦਾ ਕਰ ਲੈ, ਤੈਨੂੰ ਤੇ ਜਾਨ ਹੀ ਚਾਹੀਦੀ ਹੈ ਨਾ, ਮੇਰੀ ਮਾਂ ਦੀ ਜਾਨ ਬਖਸ਼ ਦੇ, ਤੂੰ ਮੇਰੀ ਜਾਨ ਲੈ ਜਾ। ਬੱਚਾ ਕਹਿੰਦਾ ਤੂੰ ਮੇਰੀ ਜਾਨ ਲੈ ਜਾ, ਮੇਰੀ ਮਾਂ ਦੀ ਜਾਨ ਬਖਸ਼ ਦੇ। ਅੱਗੋਂ ਫਰਿਸ਼ਤਾ ਜਵਾਬ ਦਿੰਦਾ, ਜ਼ਰਾ ਧਿਆਨ ਨਾਲ ਸੁਣਨਾ ਜੀ, ਅੱਗੋਂ ਫਰਿਸ਼ਤਾ ਜਵਾਬ ਦਿੰਦਾ ਪੁੱਤਰ ਲੈਣ ਤੇ ਮੈਂ ਤੈਨੂੰ ਹੀ ਆਇਆ ਸੀ, ਪਰ ਤੇਰੀ ਮਾਂ ਨੇ ਸੌਦਾ ਤੇਰੇ ਨਾਲੋਂ ਪਹਿਲਾਂ ਕਰ ਲਿਆ। ਓਏ ਮਾਵਾਂ ਜੋੜ ਜਨਾਦੀਆਂ ਜਗਤੇ, ਓਏ ਮਾਵਾਂ ਜੋੜ ਜਨਾਦੀਆਂ ਜਗਤੇ, ਜੰਨਤ ਆਪ ਤੁਰ ਘਰ ਆਵੇ। ਪਰ ਜੋ ਸਮਝੇ ਸੋ ਪਾਵੇ, ਹੱਥੀ ਤੋੜ ਕੇ ਪੁੱਤਰਾਂ ਨੂੰ ਆ, ਉਹ ਹੱਥੀ ਤੋੜ ਕੇ ਪੁੱਤਰਾਂ ਨੂੰ, ਸੜਕੇ ਲੇਖ ਮੈਂ ਉਜੜੇ ਵੇਖੇ, ਜਿਨ੍ਹਾਂ ਨੂੰ ਰੋਜ਼ੀ ਵਤਨ ਛੁਡਾਵੇ, ਹੱਥੀ ਤੋੜ ਕੇ ਪੁੱਤਰਾਂ ਨੂੰ ਏ ਰੱਬਾ, ਮਾਂ ਨਾ ਕਿਸੇ ਦੀ ਮਰ ਜਾਵੇ। ਮਾਂ ਇੰਜ
ਇੰਜ ਜਾ ਰਹੀ ਹੈ ਜਿਵੇਂ ਮੁੱਠੀ ਚੋਂ ਰੇਤ ਗਿਰਦੀ ਹੈ ਅੱਖਾਂ ਦੇ ਸਾਹਮਣੇ ਮਾਂ ਦੁਨੀਆਂ ਤੋਂ ਜਾ ਰਹੀ ਹੈ ਤੇ ਪੁੱਤ ਮਾਂ ਨੂੰ ਜੱਫੀਆਂ ਪਾ ਪਾ ਕੇ ਭੁੱਬਾ ਮਾਰ ਕੇ ਰੋਂਦਾ ਤੇ ਕੀ ਕਹਿੰਦਾ ਮਾਂ ਮੇਰੀ ਨੀ ਮਾਂ ਮੇਰੀ ਨੀ ਮਾਂ ਮੇਰੀ ਆਵੇਂਗੀ ਕਿਹੜੀ ਰੁੱਤੇ ਨੀ ਮਾਂ ਮੇਰੀ ਕਮਲੀ ਵਾਲਿਆ ਕਰਮ ਕਮਾਵੀ ਆਪਣੀ ਮਾਂ ਦੇ ਨਾਂ ਤੇ ਜ਼ਰਾ ਰੱਖ ਕੇ ਬਜਾਓ ਉਹ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਨਹੀਂ ਆਇਆ ਛੱਲਾ ਮੁੜ ਕੇ ਓਏ ਰੋਣਾ ਉਮਰਾਂ ਦਾ ਪਾਇਆ ਓਏ ਰੋਣਾ ਉਮਰਾਂ ਦਾ ਰੋਣਾ ਉਮਰਾਂ ਦਾ ਪਾਇਆ ਧੀਆਂ ਧਨ ਨੇ ਪਰਾਇਆ 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 ਧੀਆਂ ਧਨ ਓ ਧੀਆਂ ਧਨ ਨੇ ਪਰਾਇਆ ਧੀਆਂ ਧਨ ਨੇ ਪਰਾਇਆ ਧੀਆਂ ਧਨ ਨੇ ਪਰਾਇਆ ਧੀਆਂ ਧਨ ਨੇ ਧੀਆਂ
ओए तिया धन ने पराया ओए तिया धन ने पराया ओ गल सुन छलिया कामा वे मामा ठंडिया छामा जन्नत मां दे पैरां च है एवें कितें लभदे फिरी जांदे मंदरां मस्जिदां दे विच जिहड़ा मां दा बेअदब है उहदी बख्शिश नहीं होनी कदे कुरान लिखदा है अल्लाह दे पाक नबी ने फरमा दिता कि मां दा जिहड़ा मुनकर है ना जिहड़ा मां दा अदब नहीं करदा मां जन्नत है ते बाप जन्नत दा दरवाजा है जिहड़ा मां बाप दी कदर नहीं ना करदा उह अज वी खाली ते कल वी खाली बख्शिश नहीं जे होनी उहदी ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਆਪਣੀਆਂ ਮਾਵਾਂ ਨੂੰ ਪਿਆਰ ਕਿੱਦਾਂ ਕਰਨਾ ਲਓ ਇੰਨੀ ਹਾਜ਼ਰੀ ਮਨਜ਼ੂਰ ਕਰਿਓ ਇੰਨਾ ਕੁਛ ਕਹਿੰਦਾ ਇਜਾਜ਼ਤ ਚਾਹੁੰਦਾ ਕੋਈ ਗਲਤੀ ਗੁਸਤਾਖੀ ਸੁਰ ਲੈ ਤਾਲੇ ਇੱਧਰ ਉੱਧਰ ਹੋ ਗਿਆ ਹੋਵੇ ਮਾਫ਼ੀ ਚਾਹੁੰਦਾ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਲਫ਼ਜ਼ ਨਿਕਲ ਗਿਆ ਹੋਵੇ ਮਾਫ਼ੀ ਚਾਹੁੰਦਾ ਬਾਬਾ ਜੀ ਬਿੱਲੇ ਸ਼ਾਹ ਜੀ ਸਰਕਾਰ ਬਾਬਾ ਭਾਗੀ ਸ਼ਾਹ ਦਰਬਾਰ ਦੇ ਵਿੱਚ ਹਾਜ਼ਰੀਆਂ ਦਿੱਤੀਆਂ ਨੇ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮਨਜ਼ੂਰ ਕੀਤੀਆਂ ਨੇ ਰੱਬ ਰੱਖਾ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਜਗਮੋਹਨ ਭਾਜੀ ਸਾਡੇ ਪੱਤਰਕਾਰ
ਚਰਖਾ ਜੀ ਹੋਰ ਵੀ ਮੀਡੀਆ ਤੋਂ ਜਿੰਨੇ ਵੀ ਪਿਆਰੇ ਸੱਜਣ ਪਹੁੰਚੇ ਆ ਸਾਰਿਆਂ ਨੂੰ ਨਿੱਘੀ ਜੇ ਆ ਵੈਲਕਮ ਖੁਸ਼ਾਮਦੀ ਨਿਗਾ ਇਸਤਕਬਾਲ ਸਾਰਿਆਂ ਦਾ ਬਹੁਤ ਲੋਕ ਆ ਜਿਹੜੇ ਜੇਲ੍ਹਾਂ ਦੇ ਵਿੱਚ ਫਸੇ ਹੋਏ ਆ ਬੜੇ ਲੋਕ ਆ ਬਹੁਤ ਲੋਕ ਆ ਜਿਹੜੇ ਹਸਪਤਾਲਾਂ ਦੇ ਵਿੱਚ ਫਸੇ ਹੋਏ ਆ ਇਹ ਸਾਡੇ ਚੰਗੇ ਕਰਮ ਹੈ ਵੱਡੇ ਭਾਗ ਨੇ ਜਿਹੜੇ ਬਾਪੂ ਨੇ ਸਾਡੀਆਂ ਹਾਜ਼ਰੀਆਂ ਜੀ ਦਰਬਾਰ ਦੇ ਵਿੱਚ ਲਾਈਆਂ ਨੇ ਜ਼ੋਰ ਨਾਲ ਤਾੜੀ ਬਾਪੂ ਬਾਗੀ ਸ਼ਾਹ ਮਹਾਰਾਜ ਜੀ ਦੇ ਲਈ ਕਿਉਂਕਿ ਉਹ ਫਕੀਰ ਹੋਏ ਨੇ ਬਾਬਾ ਭਾਗੀ ਸ਼ਾਹ ਦੁਨੀਆ ਦੇ ਮਾਲਕ ਹੋਏ ਨੇ ਕਿਉਂਕਿ ਬਾਪੂ ਭਾਗੀ ਸ਼ਾਹ ਵਰਗਾ ਫਕੀਰ ਦੁਨੀਆ 'ਚ ਨਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ ਔਰ ਹਾਜ਼ਰੀਆਂ ਦੇ ਚੱਲਦੀਆਂ ਜਾਣ ਲਗਾਤਾਰ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਮਿਲਦੀ ਜਾਵੇ ਔਰ ਰੂਬੀ ਮਹਾਨ ਜੀ ਉਹਨਾਂ ਦੀ ਤਰਫੋਂ ਬਹੁਤ ਸਾਰਾ ਮਾਣ ਆਇਆ ਉਹ ਤੋਂ ਅੱਗੇ ਮਸੀਂ ਜਾਣ ਚੜਾਈ ਅੱਗੇ ਮਾਈ ਅੱਗੇ ਮਸੀਂ ਜ਼ਿੰਦਗੀ ਬਦਲੀ ਹੈ ਚੱਲ ਜਾਂਦੇ ਉਹ ਹੀ ਕਿਉਂਕਿ ਰੂਬੀ ਮਹਾਨ ਜੀ ਮਾਈ ਚਾਹਤੇ ਥੇ ਜਿਹਨੇ ਉਨਕੇ ਦਿਲ ਬਦਲ ਗਏ ਕਿ ਚਾਹਤੇ ਤੇ ਜਿਹਨੇ ਉਨਕੇ ਦਿਲ ਬਦਲ ਗਏ ਕਭੀ ਬਦਲਾ ਸਮੁੰਦਰ ਤੋਂ ਕਭੀ ਸਾਹਿਲ ਬਦਲ ਗਏ ਕਿ ਚਾਹਤੇ ਥੇ ਜਿਹਨੇ ਉਨਕੇ ਦਿਲ ਬਦਲ ਗਏ ਕਭੀ ਬਦਲਾ ਸਮੁੰਦਰ ਤੋਂ ਕਭੀ ਸਾਹਿਲ ਬਦਲ ਗਏ ਕਤਲ ਕੁਛ ਜੂ ਹੋਆ ਕਿਸ਼ਤੋਂ ਮੇ ਹਮਾਰਾ ਕਭੀ ਬਦਲਾ ਖੰਜਰ ਤੋ ਕਭੀ ਕਾਤਲ ਬਦਲ ਗਏ ਕਭੀ ਬਦਲਾ ਖੰਜਰ ਤੋ ਕਭੀ ਕਾਤਲ ਬਦਲ ਗਏ ਕਿਉਂਕਿ ਦੁਨੀਆ ਮੰਡੀ ਪੈਸੇ ਦੀ ਬਾਈ ਉਹ ਪਿਆਰ ਨਹੀਂ ਹੁਣ ਰਹਿ ਗਿਆ ਸੱਚਾ ਗੱਲ ਸਿਰਫ ਤੇ ਸਿਰਫ ਪੈਸੇ ਦੀ ਹੈ ਤੁਸੀਂ ਤਾਂ ਸਾਡੀ ਜਾਨ ਹੈ ਜੀ ਅੱਜ ਇੱਥੇ ਆ ਮੈਂ ਹਰਮੀਕ ਮੇਲੇ ਤੋਂ ਬੋਲਦਾ ਜੀ ਅੱਜ ਦੀਪਾ ਦੀਪੇ ਤੋਂ ਦੀਪਾ ਮੀਓਵਾਲ ਬਣਿਆ ਤੇ ਰੂਬੀ ਮਾਈ ਦੀ ਬਦੌਲਤ ਹੈ ਬਹੁਤ ਲੰਬਾ ਅਰਸਾ ਬਹੁਤ ਲੰਬਾ ਟਾਈਮ ਮਾਈ ਜੀ ਹੁਣਾਂ ਨੇ ਅਸੀਂ ਇਕੱਠਿਆਂ ਨੇ ਸਟੇਜਾਂ ਤੇ ਵੀ ਕੰਮ ਕੀਤਾ ਕਿਉਂਕਿ ਉਹ ਟਾਈਮ ਨਹੀਂ ਕਦੇ ਬੰਦੇ ਨੂੰ ਭੁੱਲਣਾ ਚਾਹੀਦਾ ਉਹ ਇਕੱਲਾ ਰਹਿ ਜਾਂਦਾ ਜਿਹੜਾ ਆਕੜ ਕਰ ਜਾਂਦਾ ਉਹ ਇਕੱਲਾ ਰਹਿ ਜਾਂਦਾ ਜਿਹੜਾ ਆਕੜ ਕਰ ਜਾਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਸਰਦਾ ਉਹਦਾ ਜਿਹੜਾ ਮਾਲਕਾਂ ਤੇ ਵਿਸ਼ਵਾਸ ਕਰਦਾ ਜਿਹੜਾ ਬਾਪੂ ਭਾਗੀ ਸ਼ਾਹ ਵਰਗੇ ਫਕੀਰਾਂ ਦੀ ਸੰਗਤ ਕਰਦਾ ਜਿਹੜਾ ਇੱਕ ਦਰਦਾ ਹੋ ਕੇ ਬਹਿੰਦਾ ਕਿਉਂਕਿ ਬੰਦਾ ਇੱਕੋ ਦਰਦਾ ਰਹੇ ਤਾਂ ਚੰਗਾ ਏ ਕਿ ਬੰਦਾ ਇੱਕੋ ਦਰਦਾ ਰਹੇ ਤਾਂ ਚੰਗਾ ਏ ਫੌਜੀ ਸਾਹਿਬ ਉਹਨਾਂ ਵੱਲੋਂ ਪਿਆਰ ਆਇਆ 2100 ਰੁਪਏ ਦਾ ਟੈਲ ਚਾਚਾ ਨਾ ਵੱਡਾ ਚਾਚਾ ਨੋਟ ਛੋਟਾ ਕੱਢਿਆ ਬਾਅਦ ਚ ਲੈਂਦੇ ਆ ਬਾਬਾ ਜੀ ਮੈਂ ਗੱਲ ਕਰਦਾ ਸੀ ਕਿ ਬੰਦੇ ਦਾ ਇੱਕ ਪਿਆਰ ਜਿਹੜਾ ਦੁਨੀਆ ਦੇ ਉੱਤੇ ਵੇਲਾ ਤਾਂ ਜਿਹਦੀ ਮਰਜ਼ੀ ਕਰਾ ਦਿਓ ਕੋਈ ਗੱਲ ਨਹੀਂ ਜੋਤੀ ਇਹ ਗੱਲਾਂ ਉਦੋਂ ਦੀਆਂ ਨਹੀਂ ਹੈਗੀਆਂ ਕਿਉਂਕਿ ਯਾਰੀ ਲੱਗੀ ਤੇ ਹੁੰਦਾ ਸੀ ਰੱਬ ਵਰਗਾ ਵੇ ਮੈਨੂੰ ਮਾੜੀ ਕਹਿਣ ਲੱਗਿਆ ਟੁੱਟ ਗਈ ਤਾਂ ਫੇਰ ਕੋਈ ਗੱਲ ਨਹੀਂ ਜੋਤੀ ਮਹਾਂ ਜੀ ਗੜ੍ਹ ਵਾਲੇ ਉਹਨਾਂ ਵੱਲੋਂ ਮਾਣ ਆਇਆ ਬਹੁਤ ਸਾਰਾ ਉਹਨਾਂ ਦੇ ਨਾਂ ਤੇ ਰੂਬੀ ਮਹਾਂ ਜੀ ਹੁਣੀ ਕਰਾਉਂਦੇ ਆ ਤੈ ਦਿਲ ਤੋਂ ਧੰਨਵਾਦ ਕਿਉਂਕਿ ਬਾਬਾ ਜੀ ਜਿਹੜੀ ਗੱਲ ਸੱਚੀ ਹੁੰਦੀ ਹੈ ਉਹ ਕੌੜੀ ਜ਼ਰੂਰ ਲੱਗਦੀ ਹੈ ਪਰ ਦੁਬਾਰਾ ਦੁਬਾਰਾ ਬੰਦੇ ਨੂੰ ਸੋਚਣਾ ਨਹੀਂ ਪੈਂਦਾ ਕਿ ਕਹਿਣਾ ਕੀ ਹੈ ਜੇ ਇੱਕ ਵਾਰ ਝੂਠ ਬੋਲਿਆ ਹੋਵੇ ਤੇ ਫਿਰ ਕਿਤੇ ਘੁਮਾ ਕੇ ਉਹੀ ਗੱਲ ਆਵੇ ਤੇ ਫਿਰ ਬੰਦੇ ਨੂੰ ਸੋਚਣਾ ਪੈਂਦਾ ਕਿ ਯਾਰ ਪਹਿਲਾਂ ਕਿਹੜੀ ਗੱਲ ਕੀਤੀ ਸੀ ਜਿਹੜੀ ਸੱਚੀ ਗੱਲ ਹੁੰਦੀ ਹੈ ਉਹ ਹਮੇਸ਼ਾ ਜਿਹੜੀ ਸੱਚ ਰਹਿੰਦੀ ਹੈ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਛੱਡੋ ਦਿਲਾਂ ਨਾਲ ਦਿਲਾਂ ਦਾ ਪਿਆਰ ਹੋਣਾ ਚਾਹੀਦਾ ਯਾਰੀਆਂ ਦੇ ਵਿੱਚ ਇਤਬਾਰ ਹੋਣਾ ਚਾਹੀਦਾ ਕਿ ਦਿਲਾਂ ਨਾਲ ਦਿਲਾਂ ਦਾ ਪਿਆਰ ਹੋਣਾ ਚਾਹੀਦਾ ਯਾਰੀਆਂ ਦੇ ਵਿੱਚ ਇਤਬਾਰ ਹੋਣਾ ਚਾਹੀਦਾ ਐਵੇਂ ਹੀ ਹੱਥ ਜੋੜੀ ਜਾਣੇ ਐਵੇਂ ਹੀ ਕੰਨ ਫੜੀ ਜਾਣੇ ਕਿ ਐਵੇਂ ਹੀ ਹੱਥ ਜੋੜੀ ਜਾਣੇ ਐਵੇਂ ਹੀ ਕੰਨ ਫੜੀ ਜਾਣੇ ਡਰਾਮੇਬਾਜ਼ਾਂ ਕੋਲੋਂ ਹੁਸ਼ਿਆਰ ਹੋਣਾ ਚਾਹੀਦਾ ਲੋੜ ਨਹੀਂ ਦਿਖਾਵੇ ਵਜੋਂ ਐਵੇਂ ਹੀ ਮੱਥੇ ਟੇਕੀ ਜਾਣੇ ਦਿਲਾਂ ਵਿੱਚ ਦੇਵੀ ਸਤਿਕਾਰ ਹੋਣਾ ਚਾਹੀਦਾ ਦਿਲਾਂ ਵਿੱਚ ਦੇਵੀ ਸਤਿਕਾਰ ਹੋਣਾ ਚਾਹੀਦਾ ਕਿਉਂਕਿ ਜਿਹੜੇ ਇਹ ਦੁਨੀਆ ਇੱਥੇ ਹਰ ਚੀਜ਼ ਵਿਕਦੀ ਹੈ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਭਾ ਸੱਜਣਾ ਕਿ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਭਾ ਸੱਜਣਾ ਇੱਥੇ ਰੋਂਦੇ ਚਿਹਰੇ ਵਿਕਦੇ ਨਾ ਹੱਸਣ ਦੀ ਆਦਤ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਵਿਕਦੇ ਨਾ ਹੱਸਣ ਦੀ ਆਦਤ ਪਾ ਸੱਜਣਾ ਕਿਉਂਕਿ ਜਹਾਂ ਸਭ ਕੁਝ ਵਿਕਦਾ ਹੈ ਸਾਈ ਜੀ ਜਹਾਂ ਸਭ ਕੁਝ ਵਿਕਦਾ ਹੈ ਚੱਲਣਾ ਜਰਾ ਖਿਆਲ ਸੇ ਅਰੇ ਵੇਚਣੇ ਵਾਲੇ ਤੋਂ ਹਵਾ ਵੀ ਵੇਚ ਦੇਤੇ ਹੈ ਗਵਾਰੋਂ ਮੇਂ ਡਾਲ ਕੇ ਵੇਚਣੇ ਵਾਲੇ ਤੋਂ ਹਵਾ ਵੀ ਵੇਚ ਦੇਤੇ ਹੈ ਗਵਾਰੋਂ ਮੇਂ ਡਾਲ ਕੇ ਕਿਉਂਕਿ ਜਹਾਂ ਝੂਠ ਵਿਕਦਾ ਹੈ ਜਹਾਂ ਸੱਚ ਵਿਕਦਾ ਹੈ ਝੂਠ ਵਿਕਦਾ ਹੈ ਜਹਾਂ ਸੱਚ ਵਿਕਦਾ ਹੈ ਵਿਕਤੀ ਹੈ ਹਰ ਇੱਕ ਕਹਾਣੀ ਤੀਨ ਲੋਕ ਮੇਂ ਫੈਲਾ ਹੈ
फिर भी बोतल में बिकता है पानी, तीन लोग में फैला है फिर भी बोतल में बिकता है पानी। सो जड़ी चीज है इथे बंदे दी ओही कम आउंदी है जड़ी इबादत कीती हुंदी है, जड़े रब दे घर दे विच बह के कोई बंदा सत्संग दी घड़ियां जड़ा सुनदा है ओही लेखे दे विच लगदियां, नहीं तां चलो चली दा मेला जड़ा लगिया रहना इस दुनिया दे उत्ते। ते इस करके हुण हाजरियां अगलियां जड़ियां ने आर फरोजी उन्हां दे तरफों उन्हां दे संगीत परिवार दे वल्लों चंद मिंटां दे विच बैल सिंग करके फिर आप सब दी नजर करवाउंदे उस प्यार जग वैये नूं सुरीले जो फड़कार नूं जिहदे हर कलाम नूं तुसीं अपने प्यार मुहब्बत इस सबका वीरां फकीरां दीआं महफलां दे विच जदों भी उहदीआं हाजरियां हुंदीआं ने तुसीं माण करदे हो। बोली जावां बंद करा ओ साहिबा मेरी सरकार कलियर वाली सरकार मखदूम अलाउद्दीन साबिर कलियर रहमतुल्लाह सरकार दा शान ओ साहिबा हम वलायत है तेरी आफता में चिश्तियां मखदूम साबिर कलियरी गुल्लर वाले ओ साहिबा या मेरे साबिर ओ साहिबा सुन लो सदा या साबिर जचता नहीं है कोई तेरे सिवा करती हूँ पूजा तोरे साबिर पिया साबिर पिया मैं तारी हूँ
ਦੱਸਦਾ ਯਾ ਸਾਹਿਬ ਸੁਣ ਲੋ ਸਦਾ ਯਾ ਸਾਹਿਬ ਸੁਣ ਲੋ ਸਦਾ ਓ ਸਾਹਿਬਾ ਓ ਸਾਹਿਬਾ ਓ ਸਾਹਿਬਾ ਅਜ਼ਲ ਸੇ ਤੇਰੇ ਹਮ ਭਿਖਾਰੀ ਹੈ ਮੇਰੇ ਸਾਬਿਰ ਪਿਆ ਅਜ਼ਲ ਸੇ ਤੇਰੇ ਓ ਸਾਹਿਬਾ ਓ ਸਾਹਿਬਾ ਓ ਸਾਹਿਬਾ ਓ ਸਾਹਿਬਾ ਮਖਦੂਮ ਹੋ ਸਾਬਿਰ ਹੋ ਬਾਬਾ ਕਿਹੋ ਦਿਲ ਜਾਨੀ ਸੁਣਦੇ ਹੋ ਗਰੀਬੋਂ ਕੀ ਨਾ ਤੇਰਾ ਕੋਈ ਸਾਨੀ ਧੂਲ ਕਲੀਅਰ ਕੀ ਹਾਂ ਧੂਲ ਕਲੀਅਰ ਕੀ ਜਾਂ ਸੇ ਪਿਆਰੀ ਹੈ ਮੇਰੇ ਸਾਬਿਰ ਪਿਆ ਧੂਲ ਕਲੀਅਰ ਕੀ ਓ ਸਾਹਿਬਾ ਸਰਦਾਰ ਨਿਕੰਮੇ ਕੋ ਪਰ ਕਿਉਂ ਠੁਕਰਾਤੇ ਹੋ ਦੁਨੀਆ ਕੀ ਸੁਣਦੇ ਹੋ ਦੁਨੀਆ ਸੇ ਨਿਭਾਤੇ ਹੋ ਸਰਦਾਰ ਨਿਕੰਮੇ ਕੋ ਪਰ ਕਿਉਂ ਠੁਕਰਾਤੇ ਹੋ ਦੁਨੀਆ ਕੀ ਸੁਣਦੇ ਹੋ ਦੁਨੀਆ ਸੇ ਸਰਦਾਰ ਨਿਕੰਮੇ ਕੋ ਪਰ ਕਿਉਂ ਠੁਕਰਾ ਗਮੋਂ ਮੇ ਮੈਨੇ ਉਮਰ ਗੁਜ਼ਾਰੀ ਹੈ ਮੇਰੇ ਸਾਬਿਰ ਪਿਆ ਗਮੋਂ ਮੇ ਮੈਨੇ ਉਮਰ ਗੁਜ਼ਾਰੀ ਹੈ ਮੇਰੇ ਸਾਬਿਰ ਪਿਆ ਓ ਸਾਹਿਬਾ ਓ ਸਾਹਿਬਾ ਓ ਸਾਹਿਬਾ ਓ ਸਾਹਿਬਾ ਓ ਸਾਹਿਬਾ ਸਾਹਿਬਾ ਓ ਸਾਹਿਬਾ ਓ ਸਾਹਿਬਾ ਓ